ਕਿ ਇਹ ਉਹ ਟਰੈਕਟਰ ਆ ਜਿਹੜਾ ਆਪਾਂ ਵੀਰੇ ਹੋਣਾ ਦੇ ਘਰੇ ਆਇਆ ਸੀ ਵੀਰੇ, ਕਿਹੜੇ ਸਾਲ ਚ ਲਿਆ ਸੀ ਇਹ? ਭਾਜੀ 1999 ਚ, 99 ਮਾਡਲ ਆ, ਹਾਂਜੀ ਨਵਾਂ ਲਿਆ ਸੀਗਾ, ਹਾਂਜੀ ਭਾਜੀ ਨਵਾਂ ਬ੍ਰਾਂਡ ਨਿਊ ਟਰੈਕਟਰ ਲਿਆ ਸੀਗਾ। ਤੇ ਜਦੋਂ ਆਪਣੇ ਦਿੱਲੀ ਧਰਨਾ ਸੀਗਾ, ਅੱਛਾ, ਉਦੋਂ ਦੌੜਦਾ ਇਹ ਕਰਾ ਕੇ ਲੈ ਕੇ ਗਏ ਸੀਗੇ ਭਾਜੀ, ਕਹਿ ਲਓ ਕਿ ਜਾਂਦਾ ਹੀ ਸੀਗਾ ਉਦੋਂ 120-30 ਤੇ, 120-30 ਤੇ ਬ੍ਰੇਕਾਂ ਤਾਂ ਚਿੱਟਾ ਲੱਗਦੀਆਂ ਨਹੀਂ ਚਾਹੀਦੀਆਂ, ਬ੍ਰੇਕਾਂ ਉਦੋਂ ਸੀਗੀਆਂ ਨਾ ਭਾਜੀ, ਹੁਣ ਨਹੀਂ ਕੀਆਂ ਲੱਗਦੀਆਂ। ਕਈਆਂ ਨੇ ਕਹਿਣਾ ਓਏ ਸਟਾਰਟ ਕਰਕੇ ਨਹੀਂ ਦਿਖਾਇਆ, ਤੁਸੀਂ ਵੀਡੀਓ ਬਣਾਇਆ ਉਹਨੇ ਵਾਰ ਵਾਰ ਜਾ ਕੇ ਤੇ ਇੰਨੀ ਆਵਾਜ਼ ਆ, ਬਸ ਆਹ ਲੈ ਕੇ ਜਾਂਦੇ ਸੀਗੇ ਫਗਵਾੜੇ ਮਹਿਲ ਨੂੰ। ਅੱਛਾ, ਟਰੱਕ ਵਾਲੇ ਨੇ ਸਾਈਡ ਮਾਰੀ ਸੀਗੀ ਆ, ਉਦੋਂ ਇਧਰਲਾ ਰਿਮ ਚੇਂਜ ਕੀਤਾ ਆ, ਆ ਬੰਪਰ ਤਾਂ ਆਹ ਆ, ਹਾਂਜੀ ਆ ਤਦੇ ਆ ਤਦੇ ਆ, ਹਾਂਜੀ ਦੋਨੀ ਇਦਾਂ ਹੋਏ ਹੋ ਆ, ਇਧਰਲਾ ਜ਼ਿਆਦਾ ਆ। ਇਹ ਕੀ ਮੋਰੇ ਆ ਗਏ ਸੀ ਗੰਨੇ? ਹਾਂਜੀ ਗੰਨੇ ਮੂਰ ਨੂੰ ਐ ਨੂੰ ਆ ਗਏ ਸੀਗੇ, ਤੇ ਇਹ ਇੰਨਾ ਮਤਲਬ ਉੱਪਰ ਭਾਰ ਵੀ ਆ ਗਿਆ, ਡੈਮੇਜ ਵੀ ਹੋ ਗਏ ਫੈਂਡਰ ਦੋਨੋਂ, ਹਨਾ? ਹਾਂਜੀ। ਟਰੈਕਟਰ ਨੂੰ ਨੁਕਸਾਨ ਕੀ ਹੋਇਆ ਇਸ ਤੋਂ ਬਾਅਦ? ਰਿਮ ਤੋਂ ਛੁੱਟ, ਰਿਮ ਤੋਂ ਛੁੱਟ ਕੁਛ ਵੀ ਨਹੀਂ, ਟੈਂਕੀ ਫੁੱਲ ਕਰਾਈ ਸੀਗੀ ਪਿਛਲੇ ਸਾਲ ਹੋਲੇ ਮਹੱਲੇ ਤੇ ਗਏ ਸੀਗੇ। ਅੱਛਾ, ਅੱਧੀ ਟੈਂਕੀ ਚ ਮੁੜ ਆਇਆ ਸੀਗਾ, 33-34 ਦਾ ਪੈ ਗਿਆ ਸੀਗਾ, ਤਾਂ ਇਹ ਤਾਂ ਆਪਣੀ ਗੱਡੀ ਨਾਲੋਂ ਵੀ ਸਸਤਾ ਪੈ ਗਿਆ। ਸਹੀ ਗੱਲ, ਹਾਂਜੀ। ਇੱਧਰ ਟਰੈਕਟਰ ਮੰਨ ਲਾ ਮਿਲ ਜਾਵੇ ਕਿਸੇ ਨੂੰ, ਹਾਂਜੀ, ਕਿੰਨੇ ਚ ਮਿਲ ਸਕਦਾ ਅੰਦਾਜ਼ਾ? ਇਹ ਭਾਜੀ ਕਹਿ ਲਓ ਕਿ ਉਹੀ 2 ਲੱਖ ਦੇ ਵਿੱਚ, ਹਾਂਜੀ ਇਹਨੂੰ ਵਧੀਆ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਜੀ, ਚੱਲ ਲੱਗੀ ਆ ਹੈ, ਹਾਂ ਸਤਿ ਸ਼੍ਰੀ ਅਕਾਲ ਜੀ, ਨਾਲ ਮੇਰੇ ਬਾਈ, ਬਾਈ ਉਹਦਾ ਨਾਂ ਕੀ ਆ? ਜਗਰੂਪ। ਕਹਿੰਦੇ ਕੀ ਆ ਸਾਰੇ? ਲੰਬੜ। ਬਾਈ ਮੇਰੇ ਨਾਲ ਲੰਬੜ ਆ, ਪਿੰਡ ਹੈਗੇ ਆ ਬਾਈ ਧੰਨੋਵਾਲ, ਤੱਲਣ ਸਾਹਿਬ ਗੁਰਦੁਆਰਾ ਸਾਹਿਬ, ਬਹੁਤਿਆਂ ਨੂੰ ਪਤਾ ਹੋਣਾ ਜਿੱਥੇ ਜਹਾਜ਼ ਵੀ ਚੜ੍ਹਦੇ ਆ, ਅੱਜ ਮੈਂ ਨਾਲ ਹੀ ਆ ਇੱਕ ਪਿੰਡ ਛੱਡ ਕੇ, ਹਾਂਜੀ ਭਾਅ ਜੀ ਨਾਲ ਹੀ ਬਿਲਕੁਲ, ਹਾਂ ਅਤੇ ਇਸੇ ਬਹਾਨੇ ਭਾਈ ਸਾਡਾ ਮੱਥਾ ਵੀ ਟੇਕ ਹੋ ਜਾਣਾ, ਨਾਲੇ ਵੀਡੀਓ ਵੀ ਬਣ ਜਾਣੀ ਆ, ਅਤੇ ਬਾਈ ਹੁਣਾਂ ਦੇ ਪਿੰਡ ਆਏ ਆ। ਮੈਂ ਤਾਂ ਚੱਲ ਜਲੰਧਰ ਜਮਾਂ ਰੋਜ਼ ਆਉਣਾ ਹੀ ਹੁੰਦਾ ਆ, ਬਾਈ ਦਾ ਆਇਆ ਸੀ ਮੈਸੇਜ, ਟਰੈਕਟਰ ਦੀ ਫੋਟੋ ਪਾਈ ਸੀ, ਬੜਾ ਸਿੰਪਲ ਸੋਬਰ ਜਿਹਾ ਟਰੈਕਟਰ ਆ, ਬੜਾ ਸਾਫ਼ ਸੁਥਰਾ ਨੀਟ ਐਂਡ ਕਲੀਨ ਜਿਹਾ ਟਰੈਕਟਰ ਆ। ਹੁਣ ਜਿਹੜੇ ਤਾਂ ਦੇਖਦੇ ਆ ਨਵੇਂ ਨਵੇਂ ਸ਼ੋਰ, ਉਹਨਾਂ ਨੂੰ ਐਂ ਲੱਗਣਾ ਕਿ ਯਾਰ ਟਰੈਕਟਰ ਪੁਰਾਣਾ ਜਿਹਾ ਖੜਾ ਕਰਿਆ ਬਾਈ, ਕੋਈ ਮੋਡੀਫਾਈ ਟਰੈਕਟਰ ਦੀ ਵੀਡੀਓ ਨਹੀਂ ਕੀਤੀ ਅੱਜ, ਕੋਈ ਤਕੜਾ ਟਰੈਕਟਰ ਨਹੀਂ ਖੜਾ ਕਰਿਆ, ਕੋਈ ਸਿਸਟਮ ਨਹੀਂ, ਵੱਡਾ ਮੈਕ ਲਾਏ ਨਹੀਂ ਪਾਏ, ਕਿਤੇ ਬੜੇ ਬੜੇ 2 ਲੱਖ ਦੇ 3 ਲੱਖ ਦੇ ਟਾਇਰ ਨਹੀਂ ਪਾਏ, ਉਹ ਹੈ ਇਹ 'ਚ ਕੀ ਆ? ਬਸ ਜੋ ਕਹਿ ਲਓ ਕਿ, ਹਾਂ ਕਿ ਮਤਲਬ ਕਹਿ ਲਓ ਜੋ ਹੈਗਾ ਉਹ ਇਹਦੇ 'ਚ ਹੀ ਆ, ਕਿ ਇਹ ਉਹ ਟਰੈਕਟਰ ਆ ਜਿਹੜਾ ਆਪਾਂ ਵੀਰੇ ਹੋਣਾ ਦੇ ਘਰੇ ਆਇਆ ਸੀ। ਵੀਰੇ ਕਿਹੜੇ ਸਾਲ 'ਚ ਲਿਆ ਸੀ ਇਹ? ਇਹ ਭਾਜੀ 1999 ਚ, 99 ਮਾਡਲ ਆ, ਹਾਂਜੀ ਨਵਾਂ ਲਿਆ ਸੀਗਾ, ਹਾਂਜੀ ਭਾਈ ਨਵਾਂ ਬ੍ਰਾਂਡ ਨਿਊ ਟਰੈਕਟਰ ਲਿਆ ਸੀਗਾ। ਤੇ ਉਹ ਵਾਹਿਗੁਰੂ, ਤੇ ਬਾਈ ਇਹ ਟਰੈਕਟਰ ਹੈਗਾ ਬਾਈ ਇਹਨਾਂ ਦੇ ਦਾਦਾ ਜੀ ਦਾ, ਤੁਹਾਡੇ ਦਾਦਾ ਜੀ ਦਾ ਨਹੀਂ ਹੈਗਾ, ਤੁਹਾਡੇ ਨਾਨਾ ਜੀ ਦਾ, ਨਾਨਾ ਜੀ ਦਾ ਟਰੈਕਟਰ ਆ। ਤੇ ਇਸ ਟਾਈਮ ਵੀਰੇ ਦੇ ਘਰੇ ਟਰੈਕਟਰ ਖੜਿਆ ਆ ਕਿ, ਤੇ ਉਹ ਚੱਲ ਗਏ ਬਾਹਰ? ਹਾਂਜੀ ਬਾਹਰ ਭਾਈ। ਟਰੈਕਟਰ ਕਾਹਤੋਂ ਨਹੀਂ ਵੇਚਿਆ ਫੇ? ਇਹ ਭਾਜੀ ਕਹਿ ਲਓ ਕਿ ਉਹ ਕਹਿੰਦੇ ਨਿਸ਼ਾਨੀ ਆ ਸਾਡੇ ਬਜ਼ੁਰਗਾਂ ਦੀ। ਕਿੰਨੇ ਖੇਤ ਵਾਹੁੰਦਾ ਸੀ ਉਦੋਂ ਜਦੋਂ ਲਿਆ ਸੀ? ਇਹ ਭਾਜੀ ਕਹਿ ਲਓ ਕਿ 30 ਕੁ ਖੇਤਾਂ ਦੀ ਖੇਤੀ ਕਰਦਾ ਸੀ। 30 ਖੇਤਾਂ ਦੀ ਖੇਤੀ ਇਕੱਲੀ ਕਰਦਾ? ਇਕੱਲੀ ਕਰਦਾ ਹੈ, ਇਕੱਲਾ ਇਹੀ ਕਰਦਾ ਸੀ। ਗੰਨਾ ਵੀ ਢੋਂਦੇ ਰਹੇ ਇਹਨਾਂ, ਇਹਦੇ ਨਾਲ ਉਧਰ ਕਮਾਦੀ ਆ ਜ਼ਿਆਦਾ। ਅੱਛਾ, ਉਹ ਕਿਹੜੇ ਪਾਸੇ ਆ ਉਹਨਾਂ? ਹੁਸ਼ਿਆਰਪੁਰ, ਸੂਸਾ। ਸੂਸਾ ਦੇ ਆ, ਸਾਡੇ ਉਧਰ ਗੰਨੇ ਵਾਲਾ ਕੰਮ ਜ਼ਿਆਦਾ ਆ, ਤੋ ਗੰਨਾ ਆਪਣੇ ਥੋੜਾ ਓਵਰਲੋਡ ਵੀ ਹੁੰਦਾ ਉਧਰ? ਓਵਰਲੋਡ ਭਾਜੀ, ਹਾਂਜੀ, ਜਿੱਦਾਂ ਲੈ ਕੇ ਜਾਂਦੇ ਸੀਗੇ ਫਗਵਾੜੇ ਮਹਿਲ ਨੂੰ। ਅੱਛਾ, ਟਰੱਕ ਵਾਲੇ ਨੇ ਸਾਈਡ ਮਾਰੀ ਸੀਗੀ ਆ, ਉਦੋਂ ਇਧਰਲਾ ਰਿਮ ਚੇਂਜ ਕੀਤਾ ਆ, ਆ ਬੰਪਰ ਤਾਂ ਆਹ ਆ, ਹਾਂਜੀ ਆ ਤਦੇ ਆ ਤਦੇ ਆ, ਹਾਂਜੀ ਦੋਨੀ ਇਦਾਂ ਹੋਏ ਹੋ ਆ, ਇਧਰਲਾ ਜ਼ਿਆਦਾ ਆ। ਇਹ ਕੀ ਮੋਰੇ ਆ ਗਏ ਸੀ ਗੰਨੇ? ਹਾਂਜੀ ਗੰਨੇ ਮੂਰ ਨੂੰ ਐ ਨੂੰ ਆ ਗਏ ਸੀਗੇ, ਤੇ ਜਿੱਦਾਂ ਇਹਦਾ ਰਿਮ ਆ ਇਹ ਜੀਟਰ ਟਰੈਕਟਰ ਦਾ ਪਾਇਆ ਆ, ਤੇ ਇਹ ਇੰਨਾ ਮਤਲਬ ਉੱਪਰ ਭਾਰ ਵੀ ਆ ਗਿਆ, ਡੈਮੇਜ ਵੀ ਹੋ ਗਏ ਫੈਂਡਰ ਦੋਨੋਂ, ਹਨਾ? ਹਾਂਜੀ। ਟਰੈਕਟਰ ਨੂੰ ਨੁਕਸਾਨ ਕੀ ਹੋਇਆ ਇਸ ਤੋਂ ਬਾਅਦ? ਰਿਮ ਤੋਂ ਛੁੱਟ, ਰਿਮ ਤੋਂ ਛੁੱਟ ਕੁਛ ਵੀ ਨਹੀਂ, ਅੰਦਰੋਂ ਕੋਈ ਨੁਕਸਾਨ ਨਹੀਂ ਹੋਇਆ? ਅੰਦਰੋਂ ਕੋਈ ਵੀ ਨਹੀਂ, ਇੱਕ ਅੱਜ ਕਹਿ ਲਓ ਕਿ ਜਿੱਦਾਂ ਹੈਂਡਲ ਸੀਗਾ ਟੁੱਟਾ, ਤੇ ਆ ਬਾਂ ਆ ਹੋ ਗਏ ਸੀਗੇ ਮੱਡ ਗਲਾਮਾ ਬੰਪ,
ਹੈ ਇੱਕ ਗੱਲ ਹੋਰ ਵੀਰੇ, ਉਹ ਤੁਸੀਂ ਮੈਨੂੰ ਐਂ ਕਹਿੰਦੇ ਸੀ ਬਾਈ ਇਹ ਭੱਜਦਾ ਬਹੁਤ ਸੀ ਪਹਿਲਾਂ। ਹਾਂਜੀ ਪਹਿਲਾਂ ਬਾਈ ਗਰਾਰੀਆਂ ਪਾਈਆਂ ਹੁੰਦੀਆਂ ਸੀਗੀਆਂ ਇਹਨੂੰ। ਹਾਂਜੀ ਉਦੋਂ ਖੇਤੀ ਨਹੀਂ ਕਰਦੇ ਸੀਗੇ ਉਦੋਂ ਭਾਜੀ, ਕਹਿ ਲਓ ਕਿ ਉਦੋਂ ਵੀ ਹਾਲੇ ਤੇ ਦਿੱਤੀ ਸੀਗੀ ਤੇ ਜਦੋਂ ਆਪਣੇ ਦਿੱਲੀ ਧਾਰਨਾ ਸੀਗਾ ਅੱਛਾ ਉਦੋਂ ਦੌੜਦਾ ਇਹ ਕਰਾ ਕੇ ਲੈ ਕੇ ਗਏ ਸੀਗੇ। ਅੱਛਾ ਭੱਜਦਾ ਕਰਾ ਕੇ ਲੈ ਕੇ। ਹਾਂਜੀ ਤਾਂ ਉਦੋਂ ਭੱਜਦੇ ਭਜਾਉਣ ਲਈ ਮਤਲਬ ਜਿਹਦੇ ਘਰੇ ਆ ਟਰੈਕਟਰ ਮੰਨ ਲਓ ਖੜਾ ਇੱਕ, ਮੈਂ ਨਾ ਹੁਣ ਥੋੜ੍ਹੇ ਦਿਨ ਪਹਿਲਾਂ ਵੀਡੀਓ ਕਰਕੇ ਆਇਆ ਸੀਗਾ। ਹਾਂਜੀ ਬਾਈ ਮੈਨੂੰ ਹੁਣ ਪਿੰਡ ਦਾ ਨਾਂ ਨਹੀਂ ਕਿਤੇ, ਫਗਵਾੜੇ ਦੇ ਕੋਲੇ ਪਿੰਡ ਸੀਗਾ ਉਹਨਾਂ ਕੋਲ ਵੀ ਇਹਦੇ ਨਾਲ ਦੱਸੀ 475 DI ਉਹ ਵੀਰੇ ਨੇ ਟਰਬੋ ਵੀ ਲਾਇਆ ਸੀ, ਗਰਾਰੀਆਂ ਵੀ ਪਾਈਆਂ ਸੀਗੀਆਂ ਹੈ। ਵੈਸੇ ਇਹਨੂੰ ਇਹਨੂੰ ਮੋਡੀਫਾਈ ਜਿਹਾ ਕਰਾਉਣਾ ਪੈ ਜੇ ਟਰੈਕਟਰ ਨੂੰ, ਮੰਨ ਲਓ ਕਿਸੇ ਦੇ ਘਰੇ ਖੜਾ ਆ ਤਾਂ ਕਿੰਨਾ ਕੁ ਖਰਚਾ ਆਉਂਦਾ ਗਰਾਰੀਆਂ ਗਰੂਰੀਆਂ ਬਦਲਾਉਣ ਤੇ? ਲਾਇਆ ਗਰਾਰੀਆਂ ਦਾ ਕਦੀ ਲਾਇਆ ਹੀ ਨਹੀਂ ਗਾ ਹਿਸਾਬ, ਯਾਰ ਮਿੱਤਰ ਆ ਉਹ ਕਹਿੰਦਾ ਹੈਗਾ ਪਾ ਦਾਂਗੇ ਪਈਆਂ ਆ, ਉਹਨੇ ਪਾ ਦਿੱਤੀਆਂ, ਉਹਨੇ ਪਾ ਵੀ ਦੇਣੀਆਂ। ਅੱਛਾ ਤੇ ਗਰਾਰੀਆਂ ਫਿਰ ਕੱਢੀਆਂ ਕਾਹਤੋਂ? ਭਾਜੀ ਉਹ ਫਿਰ ਬਾਹਰ ਨੂੰ ਜਾਣਾ ਸੀਗਾ ਉਸ ਕਰਕੇ ਉਹ ਫਿਰ ਕੱਢ ਗਏ ਸੀਗੇ ਤੇ ਉਹਨੇ ਓਰੀਜਨਲ ਹੀ ਫਿਰ ਪਾਤੀਆਂ ਸੀਗੀਆਂ ਉਹਨਾਂ ਦੇ ਕੋਲ ਪਈਆਂ ਸੀਗੀਆਂ। ਉਹ ਮੁੰਡੇ ਸੀਗਾ ਉਹਨਾਂ ਨੇ ਯਾਰ ਮਿੱਤਰ ਟਰੈਕਟਰ ਦੜਾਉਂਦਾ ਉਹਨਾਂ ਨੂੰ ਦੇ ਗਏ ਸੀਗੇ ਫਿਰ। ਅੱਛਾ ਗਰਾਰੀਆਂ ਗਰਾਰੀਆਂ ਉਹਨਾਂ ਨੂੰ ਦੇਤੀਆਂ ਉਹ ਚ ਪਾਤੀਆਂ? ਆਹੋ ਉਹਦਾ ਸੀਗਾ 241 ਮੈਸੀ। ਅੱਛਾ ਉਹ ਮੈਂ ਹੁਣ ਮੈਸੀ ਨੂੰ ਪੈ ਗਈਆਂ ਹੁਣ ਗਰਾਰੀਆਂ, ਠੀਕ ਆ। ਮਤਲਬ ਇਹ ਇਹ ਜਾਂਦਾ ਕਿੰਨੇ ਕਿਤੇ ਹੋਊਗਾ ਜਦੋਂ ਮੰਨ ਲਓ ਇਦਾਂ ਭੱਜਦਾ ਕਰ ਰਿਹਾ ਸੀਗਾ? ਭਾਈ ਕਹਿ ਲਓ ਕਿ ਜਾਂਦਾ ਹੀ ਸੀਗਾ ਉਦੋਂ 120-130 ਤੇ। 120-130 ਤੇ ਬ੍ਰੇਕਾਂ ਦਾ ਜੱਟਾ ਲੱਗਦੀਆਂ ਨਹੀਂ ਹੈਗੀਆਂ, ਬ੍ਰੇਕਾਂ ਉਦੋਂ ਸੀਗੀਆਂ ਨਾ ਭਾਜੀ ਹੁਣ ਨਹੀਂ ਗੀਆਂ ਲੱਗਦੀਆਂ। ਅੱਛਾ ਅੱਛਾ ਉਦੋਂ ਬ੍ਰੇਕਾਂ ਕਾਇਮ ਸੀ ਪੂਰੀਆਂ? ਪੂਰੀਆਂ ਕਾਇਮ ਸੀ, ਹੁਣ ਜਾ ਕੇ ਹੋਈਆਂ। ਅੱਛਾ ਹੁਣ ਲੈਦਰ ਲੂਦਰ ਸੈੱਟ ਕਰਨ ਵਾਲੇ ਹੋਏ? ਹਾਂਜੀ ਹੈ ਤੇ 120 ਤੇ ਤਾਂ ਉਦੋਂ ਜਾਂਦਾ ਸੀਗਾ ਬਟ ਹੈ ਤਾਂ ਹਜੇ ਵੀ ਟਰੈਕਟਰ ਲੋਟ ਆ। ਹਾਂਜੀ ਭਾਈ ਇੰਜਣ ਪਹਿਲਾਂ ਕੁਛ ਵਿੱਚੋਂ ਇੰਜਣ ਦੇ ਕੁਛ ਵੀ ਨਹੀਂ ਕੀਤਾ, ਇਹ ਥੋੜ੍ਹੀ ਰੇਸ ਖੋਲੀ ਆ ਤੇ ਆਪਣੇ ਤੇਲ ਦੀਆਂ 4 ਕਚੂੜੀਆਂ ਖੋਲੀਆਂ। ਤੇਲ ਤਾਂ ਵੀ ਘੱਟ ਪੀਂਦਾ ਹੋਊਗਾ? ਬਹੁਤ ਘੱਟ ਭਾਜੀ, ਟੈਂਕੀ ਫੁੱਲ ਕਰਾਈ ਸੀਗੀ ਪਿਛਲੇ ਸਾਲ ਹੋਲੇ ਮਹੱਲੇ ਤੇ ਗਏ ਸੀਗੇ। ਅੱਛਾ ਅੱਧੀ ਟੈਂਕੀ 'ਚ ਮੁੜ ਆਇਆ ਸੀਗਾ। ਇਹ ਕਿੰਨੇ ਕੁ ਤੇਲ ਕਿੰਨੇ ਕੁ ਖਰਚਾ ਹੋਇਆ ਹੋਊਗਾ ਮੰਨ ਲਾ ਜੇ ਆਪਾਂ ਖਰਚੇ ਦਾ ਹਿਸਾਬ ਲਈਏ ਕਿ ਕਿੰਨੇ ਦਾ ਪਿਆ ਸੀ ਫੁੱਲ ਟੈਂਕੀ 'ਚ? ਭਾਜੀ ਕਹਿ ਲਓ ਕਿ 3300 ਦਾ ਪੈ ਗਿਆ ਸੀਗਾ। ਤਾਂ ਇਹ ਤਾਂ ਆਪਣੀ ਗੱਡੀ ਨਾਲੋਂ ਵੀ ਸਸਤਾ ਪੈ ਗਿਆ। ਟਰਾਲੀ ਪਾ ਕੇ? ਟਰਾਲੀ ਭਾਜੀ ਹਾਂਜੀ ਵੱਡੀ ਸੀਗੀ ਪਾਈ ਉਹ ਪਿੱਛੇ, ਟਰਾਲੀ ਪਾ ਕੇ ਅੱਧੀ ਟੈਂਕੀ 'ਚ ਮੁੜਿਆ ਆ, ਨਾਲੇ ਭਾਈ ਖਰਚਾ ਦੇ ਕਿੰਨਾ ਬਚ ਗਿਆ ਬੰਦੇ ਦੇ। ਸਹੀ ਗੱਲ ਆ ਭਾਜੀ। ਤੇ ਹੈ ਤੇ ਬੰਪਰ ਵੀ ਲੱਗ ਗਿਆ ਟਰੈਕਟਰ ਨੂੰ? ਇਹ ਨਵਾਂ ਨਵਾਂ ਬੰਪਰ? ਹਾਂ ਬੰਪਰ ਭਾਜੀ ਇਹ ਪਿਛਲੇ ਸਾਲ ਹੀ ਲਵਾਇਆ ਸੀ। ਅੱਛਾ ਇਹ ਆਪਣੇ ਸ਼ਾਮ ਚਿਹਰਾ ਸੱਚ ਉੱਥੇ ਆ ਭੱਜੋ ਦੇ ਉੱਤੇ ਅੱਡੇ 'ਚ ਲਾਉਂਦਾ ਭਾਜੀ। ਅੱਛਾ ਉਹਨਾਂ ਦੇ ਕੋਲ ਹੀ ਲਵਾਇਆ ਸੀ। ਹਾਂ ਤਾਂ ਬਾਈ ਹੁਣ ਇਹਨਾਂ ਖੇਤੀ ਖੁਤੀ ਕਰਦੇ ਕਿ ਨਹੀਂ? ਖੇਤੀ ਭਾਜੀ ਹੁਣ ਤਾਂ ਬੜਾ ਹੋ ਗਿਆ। ਨਹੀਂ ਭਾਜੀ ਤਾਂ ਵੀ ਤਾਂ ਵੀ ਭਾਈ ਕੰਮ ਲਈਦਾ ਆ। ਮੈਸੀ ਹੈਗਾ ਕੋਲ? ਮੈਸੀ ਭਾਈ 241 ਹੈਗਾ ਆ, ਤਾਂ ਵੀ ਇੱਥੋਂ ਕੰਮ ਲੈ ਤਾਂ ਵੀ ਲਈਦਾ ਆ। ਮੰਡੀ ਮੁੰਡੀ ਨੂੰ ਜਿੱਦਾਂ ਟਰਾਲੀਆਂ ਓਵਰਲੋਡ ਲੈ ਕੇ ਜਾਣੀਆਂ ਹੋਵੇ 18 ਫੁੱਟੀ ਆਰਾਮ ਨਾਲ ਖਿੱਚ ਲੈਂਦਾ ਭਰੀਆ ਹੋਵੇ, ਮੰਨਦਾ ਹੀ ਨਹੀਂ। ਅੱਛਾ ਸ਼ਾਬਾਸ਼। ਤੇ ਵੇਚਣ ਵੂਚਣ ਦਾ ਮੂਡ ਜਿਹਾ ਨਹੀਂ ਕੀਤਾ ਯਾਰ? ਭਾਈ ਨਹੀਂ ਇਹ ਭਾਜੀ ਸਾਲ ਕੁ ਖੰਡ ਤੱਕ ਕੈਨੇਡਾ ਹੀ ਜਾਣਾ। ਕੈਨੇਡਾ ਪਹੁੰਚ ਜਾਣਾ ਇਹਨੇ? ਹਾਂਜੀ। ਅੱਛਾ ਪੰਪ ਪੰਪ ਨਹੀਂ ਮੋੜ ਜਿਹਾ ਕੀਤਾ ਗਿਆ ਯਾਰ, ਉਹ ਐਡਵਾਂਸ ਕਰ ਲਈਏ ਥੋੜਾ ਜਿਆਦਾ? ਭਾਈ ਕਰਦਾ ਤਾਂ ਹੈ ਜੀ, ਹੁਣ ਦੇਖੋਗਾ ਉਹਨੂੰ ਕਰਾਂਗੇ। ਕਰਨਾ ਕਰਾਂਗੇ ਪਾਵਰ ਸਟੀਅਰਿੰਗ ਸਟੂਰਿੰਗ ਕਰਨਾ ਕਿ ਨਹੀਂ? ਭਾਈ ਰੈਲਾ ਬਹੁਤ ਚੱਲਦਾ ਆ, ਤੁਸੀਂ ਬਾਕੀ ਚਲਾ ਕੇ ਦੇਖ। ਹਾਂ ਮੈਂ ਦੇਖਿਆ ਚਲਾ ਕੇ, ਬੜਾ ਸੌਖਾ, ਬੜਾ ਬੜਾ ਰੈਲਾ ਟਰੈਕਟਰ ਚੱਲਦਾ ਆ। ਵੈਸੇ ਭਾਈ ਉੱਦਾਂ ਇਹ ਟਰੈਕਟਰ ਆਪਣੇ ਹਿਸਾਬ ਨਾਲ ਹੁਣ ਜਿਵੇਂ ਹੁਣ ਤੁਹਾਡੇ ਮੰਨ ਲਓ ਕਿ ਬਜ਼ੁਰਗਾਂ ਦੇ ਟਾਈਮ ਦਾ ਟਰੈਕਟਰ ਖੜਿਆ ਕੋਲੇ, ਕਿਹੜੇ ਜ਼ਿਮੀਦਾਰ ਨੂੰ 12 ਖਾਂ ਦਾ ਟਰੈਕਟਰ ਇਹ? ਭਾਈ ਕਹਿ ਲਓ ਕਿ ਜੇ ਕਿਸੇ ਨੇ ਘੱਟ ਖੇਤੀ ਕਰਨੀ ਹੋਵੇ ਜਿੱਦਾਂ ਘੱਟ ਜ਼ਮੀਨ ਆ ਉਹਨੂੰ ਵੀ ਅਵਾਰਾ ਖਾ ਜਾਣਾ ਆ, ਜਿੱਦਾਂ ਕਈ ਤਾਂ ਹੁਣ ਪੁਰਾਣੇ ਸ਼ੌਂਕ ਤੌਰ ਤੇ ਤਿਆਰ ਮੁੰਡੇ ਕਰਾਉਂਦੇ ਆ। ਹਾਂ ਕਿੰਨੇ ਕੁ ਚ ਮਿਲ ਜਾਂਦਾ ਹੋ ਟਰੈਕਟਰ ਇਹਦੇ ਨਾਲ ਦਾ ਨਵਾਂ? ਹਾਂ ਮਤਲਬ ਇਹਦੇ ਨਾਲ ਦਾ ਇਸ ਕੰਡੀਸ਼ਨ 'ਚ ਹੀ ਲੈਣਾ? ਇਸ ਕੰਡੀਸ਼ਨ 'ਚ ਭਾਜੀ ਹੋਣਾ ਹੀ ਆ ਇਹ ਮੇਰੇ ਹਿਸਾਬ ਨਾਲ,
ਭਾਈ ਉਹ ਰੰਗ ਤੇ ਆ, ਇੱਕ ਇੰਜਨ ਤੇ ਸੈੱਟ ਆ, ਜਮਾਲਾ ਇੰਜਨ ਸੈੱਟ ਆ, ਰੰਗ ਇਹਦੇ ਨਾਲ ਦਾ, ਹੁਣ ਇਹ ਰੰਗ ਫੇਰ ਵੀ ਬਹੁਤ ਸੈੱਟ ਆ। ਹਾਂਜੀ ਚਲ ਧੁੱਪੇ ਟਰੈਕਟਰ ਚੱਲੇ ਆ, ਰੰਗ ਤਾਂ ਫੇਰ ਹੋਣਾ ਭਾਈ, ਹੋਣਾ ਹੀ ਆ 2-2.5 ਲੱਖ ਦਾ। ਹੁਣ ਜਿਹਨਾਂ ਦੇ ਟਰੈਕਟਰ ਤਾਂ ਚੱਲਦੇ ਰਾਤਾਂ ਨੂੰ ਭਾਈ, ਉਹਨਾਂ ਦਾ ਰੰਗ ਕਿਤੇ ਬਚਿਆ ਰਹਿੰਦਾ ਹੈ ਨਾ। ਹੁਣ ਇਹ ਟਰੈਕਟਰ ਨੇ ਹੁਣ ਮੰਡੀ ਵੀ ਜਾਣਾ, ਟਰਾਲੀ ਵੀ ਪਾਉਣੀ, ਖੇਤ ਵੀ ਵਾਹੁਣੇ, ਧੁੱਪੇ ਵੀ ਚੱਲਣਾ ਹੈ, ਤੇ ਧੋ ਵੀ ਵਾਰ ਵਾਰ ਹੋਣਾ, ਮਿੱਟੀ ਵੀ ਰਗੜ ਹੋਣੀ ਆ, ਡਰਾਈਵਰ ਵੀ ਬਦਲ ਸਕਦਾ ਆ, ਤਾਂ ਮਾੜਾ ਮੋਟਾ ਟਰੈਕਟਰ ਦਾ ਰੰਗ ਤਾਂ ਹੋਊਗਾ ਹੈ ਨਾ ਖਰਾਬ। ਇੱਧਰ ਟਰੈਕਟਰ ਮੰਨ ਲਾ ਮਿਲ ਜਾਵੇ ਕਿਸੇ ਨੂੰ, ਹਾਂਜੀ ਕਿੰਨੇ ਚ ਮਿਲ ਸਕਦਾ ਅੰਦਾਜ਼ਾ ਭਾਈ? ਕਹਿ ਲਓ ਕਿ ਉਹੀ 2 ਲੱਖ ਦੇ ਵਿੱਚ ਵਿੱਚ। ਹਾਂਜੀ ਇਹਨੂੰ ਵਧੀਆ ਵਧੀਆ, ਹਾਂਜੀ ਲੱਖ ਤੋਂ 2 ਦੇ ਵਿੱਚ, ਹਾਂਜੀ ਲੱਖ ਤੋਂ ਉੱਪਰ 2 ਦੇ ਥੱਲੇ। ਹਾਂਜੀ ਇਹਦਾ ਉਹਦਾ ਕਹਿੰਦਾ ਤਾਂ ਨਹੀਂ, ਪਿੰਡ ਦੇ ਵਿੱਚ ਕਹਿੰਦੇ ਤਾਂ ਨਹੀਂ ਯਾਰ ਦੇਣਾ ਤਾਂ ਨਹੀਂ ਟਰੈਕਟਰ? ਨਹੀਂ ਨਹੀਂ ਕਹਿੰਦੇ ਨਹੀਂ, ਪਤਾ ਉਹਨਾਂ ਨੂੰ, ਉਹਨਾਂ ਨੂੰ ਪਤਾ ਆ ਤਿਆਰ ਕਰਾਇਆ। ਅੱਛਾ ਚੱਲ ਐਂ ਆ, ਪਿਛਲੇ ਸਾਲ ਸੂਸਾਂ ਦੇ ਮੇਲੇ ਤੇ ਲੈ ਕੇ ਗਏ ਸੀਗੇ ਇਹਨੂੰ, ਐਤਕੀ ਮੁੰਡੇ ਦਾ ਯਾਰ ਮੈਸੀ 9500 ਐਤਕੀ ਉਹ ਲੈ ਕੇ ਗਏ ਸੀਗੇ। ਅੱਛਾ ਹਾਂਜੀ ਚੱਲ ਵਧੀਆ ਜੱਟਾ, ਮੈਂ ਤਾਂ ਚੱਲ ਯਾਰ ਉਹਦੇ ਆਉਣਾ ਵੀ ਹੁੰਦਾ ਆ, ਤਾਂ ਮੈਂ ਫਿਰ ਤਾਂ ਕਰਕੇ ਮੈਂ ਕਿਹਾ ਬਾਈ ਦੀ ਨਾਲੇ ਕਰਦੇ ਹਾਂ ਵੀਡੀਓ, ਬਸ ਇੱਥੇ ਇੱਕ ਪ੍ਰੋਬਲਮ ਆ ਥੋੜ੍ਹੀ ਜਿਹੀ। ਅਤੇ ਕਈਆਂ ਨੇ ਕਹਿਣਾ ਓਏ ਸਟਾਰਟ ਕਰਕੇ ਨਹੀਂ ਦਿਖਾਇਆ ਤੁਸੀਂ, ਵੀਡੀਓ ਬਣਾਇਆ ਉਹਨੇ ਵਾਰ ਵਾਰ ਜਾ ਕੇ, ਅਤੇ ਇੰਨੀ ਕੁ ਆਵਾਜ਼ ਆ ਹੈ ਬਸ ਆਹ ਆਵਾਜ਼ ਵਾਲੀ ਹੈ ਹੀ ਨਹੀਂ ਗੀ। ਆਪਾਂ ਆਰਾਮ ਨਾਲ ਖੜ ਕੇ ਗੱਲਾਂ ਕਰ ਸਕਦੇ ਹਾਂ, ਸਿਰਫ ਇੰਨੀ ਕੁ ਆਵਾਜ਼ ਆ, ਟਰੈਕਟਰ ਦੀ ਆਵਾਜ਼ ਪੂਰਾ ਵੀ ਹੈ। ਸਹੀ ਗੱਲ ਆ ਭਾਜੀ, ਸਲੰਸਰ ਬਦਲੀ ਕੀਤਾ, ਸਲੰਸਰ ਹਾਂਜੀ ਜਾਲੀ ਵਾਲਾ ਪਾਇਆ, ਜਾਲੀ ਵਾਲਾ ਪਾਇਆ, ਤਾਂ ਆਵਾਜ਼ ਟਰੈਕਟਰ ਦੀ ਪੂਰਾ ਵੀ ਹੈ ਨਹੀਂ। ਹਾਂਜੀ ਤਾਂ ਭਾਈ ਇਹ ਆ ਮਹਿੰਦਰਾ ਹੈ, ਤੇ ਇਹਨੂੰ ਤੁਸੀਂ ਕੁਛ ਵੀ ਬਣਾ ਸਕਦੇ ਆ, ਭਾਵੇਂ ਤੁਸੀਂ ਟਰਬ ਲਾ ਲਓ ਬਾਅਦ ਚੋਂ, ਭਾਵੇਂ ਗਰਾਰੀਆਂ ਪਾ ਲਓ, ਜੋ ਮਰਜ਼ੀ ਕਰ ਲਓ, ਮਤਲਬ ਇਹਦਾ ਖਰਚਾ ਵੀ ਥੋੜ੍ਹਾ। ਸਹੀ ਗੱਲ ਹੈ, ਤੇ ਲੱਭਣਾ ਆ ਤਾਂ ਤੁਹਾਨੂੰ ਪਤਾ ਲੱਭਣ ਲੱਗੇ ਕੋਈ ਔਖ ਨਹੀਂ ਆਉਂਦੀ, ਤੁਸੀਂ ਚੱਲ ਜਾਓ ਮੋਗੇ, ਚੱਲ ਜਾਓ ਮੋਗੀ ਬੀਰੋ ਚੌਂਕ ਥੱਲੇ ਐਤਵਾਰ ਦੀ, ਐਤਵਾਰ ਤੁਹਾਨੂੰ ਉੱਥੇ ਦੇ ਨਾਲ ਦੇ ਬਹੁਤ ਮਿਲ ਜਾਣੇ ਆ। ਬਾਕੀ ਟਰੈਕਟਰ ਬਹੁਤ ਸੋਹਣਾ, ਅਤੇ ਬਾਈ ਆਪਣੇ ਨਾਲੋਂ ਹੀ ਆ ਉਰੋ, ਠੀਕ ਆ ਜੀ। ਅਤੇ ਹੁਣ ਇਹਦੀ ਵੀ ਬਣ ਗਈ ਵੀਡੀਓ, ਅਤੇ ਇੱਕ ਕੰਮ ਹੋਰ ਕਰ ਦਈਏ ਨਾਲ, ਹੁਣ ਜੇ ਆਪਾਂ ਆਏ ਹਾਂ ਬਾਈ, ਇੰਸਟਾਗ੍ਰਾਮ ਆਈ ਡੀ ਕਿੱਥੇ ਲਿਖੀ ਆ? ਹਾਂਜੀ ਲਿਖੀ ਨਹੀਂ ਇੰਸਟਾਗ੍ਰਾਮ ਆਈ ਡੀ ਟਰੈਕਟਰ ਦੀ, ਚੱਲ ਫਿਰ ਆਪਾਂ ਵੀਡੀਓ 'ਚ ਲਿਖ ਦਿੰਦੇ ਹਾਂ, ਵੀਡੀਓ 'ਚ ਲਿਖ, ਅਤੇ ਵੀਡੀਓ 'ਚ ਜਹਾਂ ਵਿੱਕੀ ਕਿੱਥੇ ਲਾਉਣੀ ਆ? ਇੱਥੇ ਹਾਂ, ਅਤੇ ਵੀਰੇ ਦੀ ਆਈ ਡੀ ਇੱਥੇ ਲਾ ਤੀ ਆ, ਅਤੇ ਵੀਰੇ ਨੂੰ ਕਰ ਲਓ ਫੋਲੋ ਹੈਂ, ਅਤੇ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਮਿੱਤਰੋ ਐਂ ਨਹੀਂ ਹੁੰਦਾ ਕਿ ਟਰੈਕਟਰ ਦੀ ਵੀਡੀਓ ਕਰਾਉਣੀ ਕਿਸੇ ਨੇ ਯਾਰ, ਟਰੈਕਟਰ ਤੁਹਾਡੇ 'ਤੇ 1 ਲੱਖ ਰੁਪਇਆ, 2 ਲੱਖ ਰੁਪਇਆ, 10 ਲੱਖ ਰੁਪਇਆ ਲੱਗਿਆ ਹੋਣਾ ਚਾਹੀਦਾ ਆ। ਟਰੈਕਟਰ ਸਾਂਭਿਆ ਹੋਵੇ, ਟਰੈਕਟਰ ਵਧੀਆ ਹੋਵੇ, ਕੋਈ ਗੱਲ ਨੌਲੇਜ ਦੀ ਹੋਵੇ, ਸਹੀ ਗੱਲ ਆ ਭਾਜੀ, ਗੱਲ ਮੁੰਡਿਆਂ ਨੂੰ ਲੋਹੇ ਨਾਲ ਜੋੜਨ ਦੀ ਹੋਵੇ, ਜਿਹੜੇ ਬਾਹਰ ਗਏ ਆ, ਜਿਹੜੇ ਉਰੇ ਆ, ਜ਼ਿਮੀਂਦਾਰਾਂ ਦੇ ਆ, ਜ਼ਿਮੀਂਦਾਰਾਂ ਦੇ ਨਹੀਂ ਵੀ ਆ, ਬਸ ਇੱਕ ਸ਼ੌਂਕ ਹੈ, ਇੱਕ ਨਾ ਅੱਗ ਜੀ ਲਾਉਣੀ ਹੁੰਦੀ ਆ, ਕੋਈ ਮੁੱਲ ਨਹੀਂ, ਬਸ ਉਹੀ ਆ ਕਿ ਉਹ ਲਾਉਣਾ ਹੁੰਦਾ ਮਾੜਾ ਜਿਹਾ। ਆਪਾਂ ਕਿ ਯਾਰ ਸਾਡੇ ਭਰਾ ਜਿਹੜੇ ਨਵੇਂ ਨਵੇਂ ਆ, ਜਿਹਨਾਂ ਨੂੰ ਹਜੇ ਟਰੈਕਟਰਾਂ ਦੀ ਨੌਲੇਜ ਘੱਟ ਆ, ਟਰੈਕਟਰਾਂ ਨਾਲ ਮੋਹ ਘੱਟ ਆ, ਬਸ ਉਹ ਪਾ ਦਈਏ, ਹੌਲੀ ਹੌਲੀ ਪੈ ਵੀ ਰਿਹਾ ਆ, ਅਤੇ ਬਸ ਇਹੀ ਸਾਡਾ ਮਕਸਦ ਹੁੰਦਾ ਆ। ਅਤੇ ਬਸ ਮਿੱਤਰੋ ਹੋਰ ਕੁਛ ਨਹੀਂ ਹੈਗਾ, ਲੈ ਦੇ ਕੇ ਵੀਡੀਓ ਆ, ਵੀਰ ਆਇਆ ਤਾਂ ਮੈਂ ਆ, ਮੈਨੂੰ ਕਹਿ ਦਈਏ ਲੰਬੜਾਂ ਦੇ ਘਰ ਆਏ ਹਾਂ, ਅਤੇ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ, ਅਤੇ ਤੁਹਾਡਾ ਸਾਰਿਆਂ ਦਾ, ਅਤੇ ਬਾਈ ਤੁਹਾਡਾ ਹੈ, ਸਮਾਂ ਦੇਣ ਲਈ ਧੰਨਵਾਦ ਜੀ। ਕੋਈ ਚੱਕਰ ਨਹੀਂ, ਹਾਂ।